गया, ईमानदारी आ गई, फिर तो असी समझते हैं भी आम आदमी पार्टी की सरकार है। आम आदमी तुसी मैं सारे सेहत विद्या रेते दा है माफिया हजूर शरेआम लुट लैंदा है की करे मजबूर। ਗੱਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਪਰਮਜੀਤ ਸਖਾਣਾ। ਇਸ ਮੌਕੇ ਅਸੀਂ ਮੌਜੂਦ ਹਾਂ ਫਿਰੋਜ਼ਪੁਰ ਦੇ ਹੁਸੈਨੀ ਵਾਲਾ ਬਾਰਡਰ ਤੇ ਜਿੱਥੇ ਪੰਜਾਬ ਸੀਐਮ ਭਗਵੰਤ ਮਾਨ ਵੀ ਪਹੁੰਚੇ ਹੋਏ ਸਨ ਅਤੇ ਅਦਾਕਾਰ ਚਾਚਾ ਰੌਣਕੀ ਰਾਮ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਆ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਚਾਚਾ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ। ਬਹੁਤ ਸ਼ੁਕਰੀਆ ਤੁਹਾਡਾ ਚੈਨਲ ਦਾ, ਮਗਰ ਮੈਂ ਤਾਂ ਸ਼ੁਕਰਗੁਜ਼ਾਰ ਹਾਂ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ, ਲਾਲਾ ਲਾਜਪਤ ਰਾਏ, ਸੁਭਾਸ਼ ਚੰਦਰ ਬੋਸ, ਮੈਂ ਕਿੰਨੇ ਕੁ ਜ਼ਿਕਰ ਕਰਾਂ ਭਈ, ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ ਉਹ ਸ਼ਹਾਦਤਾਂ ਹੋਈਆਂ ਜਿਹੜੀਆਂ ਦੇਸ਼ ਨੂੰ ਆਜ਼ਾਦ ਕਰਾ ਗਈਆਂ, ਵਰਨਾ ਅਸੀਂ ਗੁਲਾਮੀ ਦਾ ਕੋੜ ਭੁਗਤਦੇ। ਅੱਜ ਸ਼ਹੀਦਾਂ ਦੀ ਧਰਤੀ 'ਤੇ ਪਹੁੰਚੇ ਹੋ, ਕੀ ਮੈਸੇਜ ਦੇਣਾ ਚਾਹੋਗੇ ਅੱਜ ਦੇ ਨੌਜਵਾਨਾਂ ਨੂੰ? ਮੈਂ ਇਸ ਪਵਿੱਤਰ ਸਥਾਨ 'ਤੇ ਮੱਥਾ ਟੇਕ ਕੇ ਆਪਣੇ ਆਪ ਨੂੰ ਭਾਗਾਂ ਵਾਲਾ ਮਹਿਸੂਸ ਕਰ ਰਿਹਾ ਅਤੇ ਸੁਨੇਹਾ ਇਹੀ ਦੇਣਾ ਚਾਹੁੰਦਾ। ਮੈਂ ਤਾਂ ਜਦੋਂ ਸੁਨੇਹਾ ਦੇਣਾ ਤਾਂ ਸਰਕਾਰ ਨੂੰ ਦਿਉ, ਤਾਂ ਕਿ ਆਮ ਬੰਦਿਆਂ ਨੂੰ, ਇਨਸਾਨਾਂ ਨੂੰ, ਆਮ ਲੋਕਾਂ ਨੂੰ ਉਹਦਾ ਫਾਇਦਾ ਮਿਲੇ। ਇਹ ਲੋਕ ਰਾਜ ਕਾਇਮ ਹੋਇਆ ਅਤੇ ਲੋਕ ਰਾਜ ਲੋਕਾਂ ਦੇ ਵਾਸਤੇ ਹੈ, ਸਰਕਾਰ ਲੋਕਾਂ ਨੇ ਬਣਾਈ ਹੈ, ਉੱਦਾਂ ਨਹੀਂ ਬਣ ਸਕਦੀ। ਅਤੇ ਫਿਰ ਲੋਕਾਂ ਦੇ ਫਾਇਦੇ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ। ਸੋ ਮੈਂ ਤਾਂ ਕੁਝ ਸੁਨੇਹੇ ਹੀ ਹੈ ਸਰਕਾਰ ਨੂੰ ਦੇ ਰਿਹਾ, ਭਈ ਹੱਥਾਂ ਵਿੱਚ ਜਿੱਤ ਹੈ ਅਤੇ ਮੋਢਿਆਂ 'ਤੇ ਫਰਜ਼ ਨੇ। ਭਗਵੰਤ ਮਾਨਾ, ਭਗਤ ਸਿੰਘ ਦੇ ਤੇਰੇ ਉੱਤੇ ਕਰਜ਼ ਨੇ, ਕਰਜ਼ੇ ਹੇਠੋਂ ਕੱਢਦੇ ਪੰਜਾਬ ਨੂੰ, ਹੁਣ ਪਹਿਰਾ ਦੇ ਦੇ। ਇੱਦਾਂ ਦੇ ਪਹਿਰੇ ਦੇਣ ਦੀ ਲੋੜ ਹੈ, ਉਹਨਾਂ ਕਿਸਾਨਾਂ ਦੀਆਂ ਜ਼ਿੰਦਗੀਆਂ ਬਚਾਉਣ ਦੀ ਲੋੜ ਹੈ, ਜਿਨ੍ਹਾਂ ਵਾਸਤੇ ਕੁਰਬਾਨੀਆਂ ਸਾਡੇ ਸ਼ਹੀਦਾਂ ਨੇ ਪਹਿਲਾਂ ਹੀ ਦੇ ਦਿੱਤੀਆਂ ਨੇ, ਕਿ ਸਾਡੀ ਕਿਸਾਨੀ, ਸਾਡੀ ਖੇਤੀ, ਸਾਡਾ ਜੀਵਨ, ਸਾਡਾ ਉਦਯੋਗ, ਸਾਡੇ ਪੜ੍ਹਾਈ, ਸਾਡੀ ਸਿਹਤ, ਜੋ ਹੈ ਨਾ ਜੀ, ਸਾਡੀ ਜਵਾਨੀ, ਸਾਡੀ ਜਵਾਨੀ ਕਾਇਮ ਰਹੇ, ਇਹਨਾਂ ਨੂੰ ਰੁਜ਼ਗਾਰ ਮਿਲੇ। ਉਹ ਇਹਨਾਂ ਦਾ ਜ਼ਿਕਰ ਕੀਤਾ ਜਵਾਨੀ ਦਾ, ਭਈ ਇਕੱਲਾ ਇਕੱਲਾ ਮਹਿਕਮਾ ਕੁੱਟਦਾ ਅਤੇ ਲੁੱਟਦਾ, ਉਹ ਤੁਹਾਨੂੰ ਨੌਕਰੀ ਮਿਲ ਗਈ ਥੋੜ੍ਹੀ ਗੱਲ ਹੈ, ਲੱਖਾਂ ਦੀਆਂ ਤਨਖਾਹਾਂ ਨੇ ਤੁਹਾਡੀਆਂ। ਅਸੀਂ ਜੇ ਬੇਸ਼ਰਮ ਹੀ ਹੋਣਾ ਤਾਂ ਫਿਰ ਸਾਡੇ ਭਾਗ ਬਹੁਤ ਮਾੜੇ, ਸਾਡੀ ਕਿਸਮਤ ਬਹੁਤ ਮਾੜੀ ਹੈ। ਰੱਬ ਨੇ ਸਾਨੂੰ ਬਾਦਸ਼ਾਹ ਦਿੱਤੀ ਹੈ, ਪਰ ਅਸੀਂ ਕਮੀਨੇ ਨਾ ਹੋ ਜਾਈਏ। ਤੁਸੀਂ ਅੱਜ ਕੋਈ ਬੇਈਮਾਨ ਫੜਿਆ ਜਾਂਦਾ ਦਫ਼ਤਰ ਦੇ ਵਿੱਚ, ਕੱਢ ਕੇ ਬਾਹਰ ਮਾਰੋ। ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਉਹਨਾਂ ਤੋਂ ਜ਼ਿਆਦਾ ਪੜ੍ਹੇ ਲਿਖੇ ਖੜ੍ਹੇ ਆ ਵੀ ਸਾਨੂੰ ਨੌਕਰੀ ਮਿਲ ਜਾਏ, ਸਾਨੂੰ 20,000 ਹੀ ਦੇ ਦਿਓ, ਸਾਨੂੰ 10,000 ਹੀ ਦੇ ਦਿਓ। ਯਾਰ ਆਪਾਂ ਕਿਹੜੇ ਮਾਹੌਲ ਵੱਲ ਨੂੰ ਤੁਰੇ ਜਾਂਦੇ ਹਾਂ? ਵੀ ਸ਼ੁੱਡ ਬੀ ਓਨੈਸਟ, ਵੀ ਸ਼ੁੱਡ ਬੀ ਸਿੰਸੀਅਰ ਟੂ ਦਾ ਗਵਰਨਮੈਂਟ, ਵੀ ਸ਼ੁੱਡ ਬੀ ਸਿੰਸੀਅਰ ਟੂ ਦਾ ਪਬਲਿਕ। ਸਾਨੂੰ ਬਹੁਤ ਲੋੜ ਹੈ ਯਾਰ, ਸਬਸਟੀਚਿਊਟ ਹੀ ਨਹੀਂ ਦੂਜਾ। ਜਿੰਨੀ ਦੇਰ ਭ੍ਰਿਸ਼ਟਾਚਾਰ ਹੈ ਦੇਸ਼ ਨਹੀਂ ਬਣ ਸਕਦਾ। ਅਤੇ ਜਦੋਂ ਤੁਸੀਂ ਇਮਾਨਦਾਰੀ ਲੈ ਆਉਂਦੀ, ਸਾਰੇ ਅਫਸਰਾਂ ਨੇ ਵੀ ਲੈ ਆਉਂਦੀ, ਇਹ ਨਹੀਂ ਕਿ ਚੰਗੇ ਅਫਸਰਾਂ ਦੀ ਕੋਈ ਕਮੀ ਆ, ਉਹ ਵੀ ਬਹੁਤ ਵੱਡੀ ਗਿਣਤੀ 'ਚ ਨੇ, ਮਗਰ ਬਦਨਾਮੀ ਮਾੜੇ ਅਫਸਰ ਜਿਹੜੇ ਵਿੱਚ ਆਵੜਦੇ ਨੇ ਜਾਂ ਮਾੜੇ ਲੀਡਰ ਹੋ ਜਾਂਦੇ ਨੇ। ਲੀਡਰਾਂ ਦੇ ਉੱਤੇ ਲੀਡਰੀ ਤਾਂ ਹੈ, ਉੱਤੋਂ ਜੇਕਰ ਦਬਕਾ ਹੋਵੇ ਤਾਂ ਥੱਲਾ ਖਾ ਕੇ ਨਾ ਲਵੇ। ਸੋ ਜੀ, ਮੈਂ ਜ਼ਿਕਰ ਕਰ ਰਿਹਾ ਸਾਂ, ਇਕੱਲਾ ਇਕੱਲਾ ਮਹਿਕਮਾ ਕੁੱਟਦਾ ਅਤੇ ਲੁੱਟਦਾ, ਚਿੱਟੇ ਕਾਲੇ ਨਸ਼ਿਆਂ ਦਾ ਦੈਂਤ ਮਾਰ ਸੁੱਟਦਾ, ਕਿੱਦਾਂ ਜਵਾਨੀ ਗਰਕ ਹੋਈ ਹੈ। ਚਿੱਟੇ ਕਾਲੇ ਫੀਮ ਦੇ ਕੋਲੇ ਵੀ, ਹੋਰ ਵੀ ਕਈ ਤਰ੍ਹਾਂ ਦੇ ਨਸ਼ੇ, ਗਾਂਜੇ ਵੀ ਨੇ, ਚਿੱਟੇ ਕਾਲੇ ਨਸ਼ਿਆਂ ਦਾ ਦੈਂਤ ਮਾਰ ਸੁੱਟਦਾ, ਜਵਾਨੀ ਕਿਵੇਂ ਬਚੂ? ਪਿੰਡ ਉਡੀਕ ਦੇ ਜਵਾਬ ਨੂੰ। ਪੰਜਾਬ 'ਚ ਇਹੀ ਹਾਲ ਹੈ ਨਾ, ਮਾਪੇ ਤਰਸਦੇ ਪਏ ਨੇ, ਅਤੇ ਉੱਧਰੋਂ ਜੇ ਹੁਣ ਰੁਜ਼ਗਾਰ ਹੋਵੇ ਅਤੇ ਉਹਨਾਂ ਨੂੰ ਵੀ ਕੰਮ ਕਾਜ ਮਿਲ ਜਾਣ, ਅਤੇ ਉਹਨਾਂ ਦਾ ਧਿਆਨ ਵੀ ਗਲਤ ਪਾਸੇ ਨਾ ਭਟਕੇ, ਵਿੱਦਿਆ ਦੇ ਖੇਤਰ 'ਚ ਵੀ ਉਹਨਾਂ ਨੂੰ ਜ਼ਿਆਦਾ ਸਹੂਲਤਾਂ ਮਿਲ ਜਾਣ, ਸਿਹਤ ਪੱਖੋਂ ਵੀ ਉਹ ਕਾਮਯਾਬ ਰਹਿਣ, ਕਾਇਮ ਰਹਿਣ। ਖੇਡਾਂ ਦਾ ਬਹੁਤ ਵੱਡਾ ਵਿਕਾਸ ਹੋਣਾ ਚਾਹੀਦਾ ਹੈ। ਬੀਇੰਗ ਮੈਂ ਅਵਸ ਪ੍ਰੋਗਰਾਮ ਐਗਜੀਕਿਊਟਿਵ ਸਪੋਰਟਸ, ਮੈਂ ਤਾਂ ਓਲੰਪਿਕਸ ਵੀ ਕਵਰ ਕੀਤੀਆਂ, ਵਰਲਡ ਕੱਪ ਵੀ ਮੈਂ ਕੀਤਾ ਜਿਹੜਾ ਕ੍ਰਿਕਟ ਦਾ ਸੀਗਾ, ਸਿਡਨੀ ਓਲੰਪਿਕਸ, ਇਸ ਤੋਂ ਪਹਿਲਾਂ ਅਟਲਾਂਟਾ ਓਲੰਪਿਕਸ ਕੀਤੀਆਂ। ਮੈਂ ਆਪਣੇ ਖਿਡਾਰੀਆਂ ਨੂੰ ਜਦੋਂ ਮਿਲਦਾ ਗੁਲਦਾ ਸੀ ਉੱਥੇ ਦੇਖਦਾ ਸੀ, ਚਾਹੇ ਉਹ ਹਾਕੀ ਦੀ ਟੀਮ ਸਾਡੀ ਖੇਡਦੀ ਸੀ ਅਤੇ ਚਾਹੇ ਐਥਲੈਟਿਕਸ ਦੇ ਸਾਰੇ ਈਵੈਂਟਸ, ਸ਼ੂਟਿੰਗ, ਇਸ ਤੋਂ ਇਲਾਵਾ ਭਲਵਾਨੀ ਸਾਡੀ ਉੱਥੇ ਜਾਂਦੀ ਸੀ, ਬਾਕਸਰ ਸਾਡੇ। ਸੋ ਅੱਜ ਫਿਰ ਵੀ ਫਰਕ ਪਿਆ ਅੱਗੇ ਨਾਲੋਂ,
तो साढ़ा 100% फर्क नज़र आना चाहिए। जदों असी ईमानदारी नाल पंजाब सवार लिया ना तो देख लियो देश संवरूगा। ये सिरा आ मुल्क का मोढ़ी सूबा है तो थले लगे पए हाँ, असी सारे नू राह देनी है। असी उस सोचते पैरा देना जेडे भगत सिंह की सोच वाले है ना जी माहौल की लगता अज की नौजवानी भगत सिंह की सोच से चल रही है। मैं किस तरह कह सकता पंजाब दे विच तुसी देख ही रहे हो कि नशियां दी वरतों इन्नी हो गई, उहदे पिछे बड़े लोगों का हाथ है। ईश्वर जिन्हां दा नहीं कसूर उन्हां नूं माफ़ करे, जिन्हां दे कसूर है उन्हां नूं माफ़ ना करे, आपां तां इह सोचदे हां। क्योंकि जिहदे घर चों बच्चा चला जांदा ना पता उहनूं लगदा है। और पंजाब दे विच ते कोई भी ही ऐसी नहीं पिंडां दी जिथे इह रोणे सारिआं ने नहीं सुणे। घर च 70 वेसे पए जी, आह देख लो ये गल बिल्कुल सही। हरेक घर च नशे कारण 70 विशे पैने। किस तरह मैं फिर उस तो बाद करोना की बीमारी आई, मेरा ख्याल है करोना की बीमारी ने इन्ना नुकसान नहीं पंजाब का किया जिन्ना नशिया ने कर दिता। गिनती नहीं की जा सकती इन्नी जवानी जी साढ़े मुल्क चो चले गई। तो जवाना ने तो इनकलाब लिया होंगे, सरकार क्यों चाहन गई कि जवानी बचे? उन्होंने विरोध करना जिस वेले कोई नीतियां अच्छी ना हुई। फिर इनका तोड़ की है? इंदा तोड़ है जिदा हुण सरकार आई है, सरकार दे फर्ज सरकारी तौर ते ठीक होने चाहिए। पैसे गलत ढंग नाल कट्ठे करन दी सोच खत्म होनी चाहिए। ईमानदारी नाल नौकरियां करनी चाहिए, ईमानदारी दे फायदे लोगों तक पहुँचने चाहिए। सरकारी फायदे चाहे वो सेहत पक्षों है, चाहे विद्या पक्षों है, चाहे पानी पक्षों है, चाहे बिजली पक्षों है, चाहे रोटी पक्षों है, हर चीज़ ईमानदारी नाल लोगों तक पहुँच जाए। रुजगार जदों बच्चों नूं मिल जाएगा ना तो माँ बाप आ जिहड़ियां जहाज़ां दियां उड़ानां लगातार चलदियां, कोई दिन ऐसा नहीं जदों भर के है ना जी करोना करके कितें थोड़ी देर लई रुकिया होगा, मगर फिर जदों फ्लाइटां चलदियां ने तो बच्चे भर भर के गभरू और मुटियारां जा रही ने। यह भी त्रासदी है साडे मुल्क दी। लगता आम आदमी पार्टी की पंजाब विच सरकार आउण ते कोई बदलाव आएगा जां पहलां दीआं सरकारां वांगू ही कम रहेगा? देखो जे तो इन्होंने बदलाव लिया, जे तो इनकलाब आ गया, ईमानदारी आ गई, फिर तो असी समझते हैं भी आम आदमी पार्टी की सरकार है। आम आदमी तुसी मैं सारे ये सारिया की सरकार है। सरकारा पहलियाँ भी साड़िया सी पर वो पहरे जड़े उन्ने सख्ती नाल नहीं दते गए, उन्नी दरियादिली नाल उन्नी ईमानदारी दे नाल उन्नी वफादारी दे नाल वो फैसले नहीं लै पाए, ता ही ता अज असी इस अवस्था ते आ। सो जदों तुसी ईमानदार हो गए तो मैं समझदा कोई भी पार्टी ईमानदार होएगी तो ता ही फायदे और देश संवरना है। ये पहला इको एक तरीका जिन्ना देश बचना है। मेरा लास्ट सवाल, मान साहब नूं की मैसेज देना चाहोगे पंजाब लई? हाँ मैं मैसेज ही तो दे रहा मान साहब नूं ही सारे जा रहे, मैं तो यही गल कह रहा कि सेहत विद्या ते रेता दा है माफिया हजूर हूँ हसे हैं। तुहानूं भी मुस्कुराहट चेहरे ते आई है क्योंकि तुसी महसूस करते हो कि वाकई ऐ हुण उह वाली थां दे उत्ते जिहड़ी ये सूई चोभी है उत्थे चोट वजी है जिहदी दर्द सारे पंजाब दे विच है। सेहत विद्या रेते दा है माफिया हजूर शरेआम लुट लैंदा है, की करे मजबूर उहनूं वो ट्राली जड़े पा वो कोई आँदी है वह लैनी पैंदी है, उन्हें घर ते बनाउणा है, स्कीमां ते घर बना दियां बड़ियां सरकारां कढ़दियां ने, पर वो बनना किदां है? रेते दी तां कहिंदे दीवार नहीं खड़ी हो सकदी, तुसीं तो वह वाली भी रेता खोली जे रेते दे घर नहीं बनते तो सीमेंट नालों तो रेता महंगा इस वेले महसूस करती है जनता। सो सेहत विद्या ते रेते दा है माफिया हजूर शरेआम लुट लैंदा है, की करे मजबूर। आप झाती मारे आप जिथे सच लुकदा है। जड़े ये ग्रोह ये ग्रुप इदां दा गंदा काम करदे है लोकां नाल धोखा हो रहा है, उस धोखे नूं रोक दे ते फिर आम आदमी पार्टी है, फिर पंजाब खुशहाल है। उस तो बाद दियां
होंदियां अगलियां आने वाली पीढ़ियां वास्ते भी जिहड़ियां सरकार आन किसे पार्टी दियां भी आन असी जे ईमानदार है तो हमेशा ही सिर चुकावांगे साडी तो इन्नी तकीद है मैं तो जे चंगा काम करनगे तो किहड़ा रोक लूगा लोकी तो फसे पए ने इन्हां नूं दलदल चो कढ दिओ गरीबी दी दलदल चो कढो बाकी रौनक राम जी आपां नूं चार पॉइंट दस दिंदे इन्हां दी चैनल राहीं भी भ्रिष्टाचार सेहत ते सिक्ख्या ते VIP कल्चर जेकर ये पंजाब चो समाप्त हो जूगा ते आउण वाले समें च भी ये सरकार जा नहीं सकती आम लोगों के तरह आम लोगों के बीच ही आम मिनिस्टर आम की तरह ही रहन भ्रिष्टाचार ते कंट्रोल करन सिक्ख्या नूं ते सेहत नूं वधाउण यही पंजाब की सब तो वड्डी जित है ते इहदे नाल ही आल इंडिया च जे सारा कल्चर बदल दिता जाए तो सब नूं वधिया यही मैं तुहाडे चैनल राही लोगों नूं बेनती करदा कि वध तो वध लोगों नूं भी आम आदमी पार्टी का साथ देना चाहिए तो साढ़े नाल इत्थे होर भी लोग मौजूद आ गलबात करांगे भाजी की नाम है तुहाडा सुरिंदर सिंह सुरिंदर जी हुसैनीवाला बॉर्डर पहुंचे हो शहीदों की धरती से नौजवानों की मैसेज देना चाहोगे नौजवानों वेखो जी वीर जी असी ये मैसेज देना चाहते हैं नशा त्यागो अपनी सेहत वाल ध्यान दो कोई जिम करो कोई खुराक खाओ कसरत करो ये जो नशियां तो मुक्त हो के आप नशियां तो मुक्त पंजाब करना है जो आप सरकार इस टाइम बनी है अपने नाल मोढ़े नाल मोढ़ा जोड़ के खड़ी है वो आपां नूं खुद कह रही है कि आपां हुण नशा मुक्त पंजाब करना है ये आपां नूं उन्हां दे नाल रल के मोढ़े नाल मोढ़ा जोड़ के तुरना चाहिए अपने महल्ले दे विच अपने नगरां दे विच अपने पिंडां दे विच शहरां दे विच एक दूजे का साथ देना चाहिए तो लौसमेंटा करनिया चाहिए कि जे कोई चिट्टा वीर वेचदा जां किसे किस्म का भी कोई नशा वेचदा उसनों बंद किया जाए नहीं तो फिर वह आपका जिम्मेवार आप होगा इस करके ही आप नौजवान पीढ़ी को सुधार सकते हैं वरना नहीं सुधर सकते तो असी साढ़े नाल हुसैनीवाला बॉर्डर पहुँचे लोग चाचा रौनकी राम जी असी एक बार तुहानू तस्वीर भी दिखा दें तस्वीर तुम देख सकते हो कि ये तस्वीर फिरोजपुर के हुसैनीवाला बॉर्डर दियां हन जिथे वड्डी गिणती जिहड़े लोग आ उह पहुँचे हुए आ तो शहीद आजम सरदार भगत सिंह का जिहड़ा शहीदी दिहाड़ा वह मनाया जा रहा फिरोजपुर तो कैमरामैन राजवीर के नाल परमजीत सखाणा पंजाबी लोक चैनल।